ਹਰਸਿਮਰਨ ਸਿੰਘ, ਖੁਸ਼ਪ੍ਰੀਤ, ਅਨਮੋਲ, ਹਰਸਿਮਰਨਜੀਤ ਸਿੰਘ, ਨਵਕੀਰਤ ਸਿੰਘ, ਗੁਰਜੰਟ ਸਿੰਘ, ਜਗਜੀਤ ਸਿੰਘ, ਪਿਊਸ਼ ਗਰਗ, ਹਰਪ੍ਰੀਤ ਸਿੰਘ ਸੰਘਾ, ਸੂਰਤ ਸਿੰਘ, ਅਭਿਲਾਸ਼ਾ ਸ਼ਰਮਾ, ਜਗਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਗੁਰਪਾਲ ਸਿੰਘ, ਭਗਵੰਤ ਕੌਰ, ਆਲਮਪ੍ਰੀਤ ਬਾਟੀ, ਇਹਨਾਂ ਤੋਂ ਬਾਅਦ ਪੀ ਐਸ ਪੀ ਸੀ ਐਲ ਦੇ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪੀ ਐਸ ਪੀ ਸੀ ਐਲ ਤੋਂ ਕਾਮਿਨੀ ਜੀ, ਐਸ ਡੀ ਓ, ਪੀ ਐਸ ਪੀ ਸੀ ਐਲ ਤੋਂ ਕਾਮਨੀ, ਉਹਨਾਂ ਤੋਂ ਬਾਅਦ ਅਫਸ਼ਾ ਮਰ ਫਲਕ, ਹਰਵਿੰਦਰ ਸਿੰਘ, ਅੰਕੁਸ਼ ਸੈਣੀ, ਨਿਤੇਸ਼ ਭਾਰਦਵਾਜ, ਹਰਕਮਲ ਇੰਦਰ ਸਿੰਘ, ਆਸ਼ਿਮਾ ਰਾਣੀ, ਮੇਘਾ, ਬਲਪ੍ਰੀਤ ਸਿੰਘ, ਸਵਰਨਜੀਤ ਸਿੰਘ, ਦੀਪਿਕਾ, ਵਿਭਾ ਗੁਪਤਾ, ਨੀਰੂ, ਗੁਰਪ੍ਰੀਤ ਕੌਰ, ਰਮਨਦੀਪ ਸਿੰਘ, ਰਜਤਦੀਪ ਸਿੰਘ, ਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਸਾਹਿਲ ਮਿੱਤਲ ਅਤੇ ਅਖਿਲੇਸ਼ ਸ਼ਰਮਾ। ਬਾਕੀਆਂ ਨੂੰ ਬਾਅਦ ਵਿੱਚ ਨਿਯੁਕਤੀ ਪੱਤਰ ਮੰਤਰੀ ਜੀ ਵੱਲੋਂ ਦਿੱਤੇ ਜਾਣਗੇ।
ਧੰਨਵਾਦ ਮੁੱਖ ਮੰਤਰੀ ਜੀ। ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਪੈਦਾ ਕੀਤੀ, ਉਹਨਾਂ ਨੂੰ ਵਿਦੇਸ਼ ਜਾਣ ਦਾ ਸੁਪਨਾ ਛੱਡ ਕੇ ਪੰਜਾਬ ਵਿੱਚ ਹੀ ਰਹਿਣ ਦਾ ਸੁਪਨਾ ਦਿਖਾਇਆ ਅਤੇ ਉਹਨਾਂ ਨੂੰ ਨਿੱਤ ਨਵੇਂ ਤਰੀਕੇ ਨਾਲ ਸੋਚਣ ਦਾ ਅਤੇ ਨਿਵੇਸ਼ ਕਰਨ ਦਾ ਮਾਰਗਦਰਸ਼ਨ ਕਰ ਰਹੇ ਹਨ। ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਸਾਡੇ ਨਾਲ ਮਾਰਗਦਰਸ਼ਨ ਕਰਨ। ਅੱਜ ਦੇ ਇਸ ਬਹੁਤ ਹੀ ਅਹਿਮ ਦਿਨ ਜਿਹਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੌਕਰੀ ਜੁਆਇਨ ਕਰ ਰਹੇ ਨੇ, ਮੇਰੇ ਨਾਲ ਸਟੇਜ 'ਤੇ ਮੇਰੇ ਕੈਬਨਿਟ ਦੇ ਸਾਥੀ ਮਾਣਯੋਗ ਹਰਭਜਨ ਸਿੰਘ ਜੀ, ਪ੍ਰਿੰਸੀਪਲ ਸੈਕਟਰੀ PWD ਅਨੁਰਾਗ ਜੀ, ਪ੍ਰਿੰਸੀਪਲ ਸੈਕਟਰੀ ਪਾਵਰ ਤੇਜਵੀਰ ਜੀ, ਬਲਦੇਵ ਸਿੰਘ ਸਰਾਂ ਜਿਹੜੇ ਕਿ CMD ਨੇ PSPCL ਦੇ, ਬਹੁਤ ਸਾਰੇ ਹੋਰ ਆਫਿਸਰ ਸਾਹਿਬਾਨ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਇਸ ਫੰਕਸ਼ਨ ਨੂੰ ਕਾਮਯਾਬ ਕਰਨ ਲਈ ਮਿਹਨਤ ਕੀਤੀ ਹੈ, ਅਤੇ ਸਭ ਤੋਂ ਜ਼ਿਆਦਾ ਧੰਨਵਾਦੀ ਮੈਂ ਤੁਹਾਡਾ ਜਦੋਂ ਤੁਸੀਂ ਘਰੋਂ ਚੱਲੇ, ਅੱਜ ਤੁਹਾਡਾ ਘਰੋਂ ਚੱਲਿਆ ਹੋਇਆ ਕਦਮ ਜਿਹੜਾ ਉਹ ਪੰਜਾਬ ਦੇ ਲੇਖੇ ਲੱਗੂਗਾ। ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਣ ਲੱਗੇ ਹੋ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ PWD ਅਤੇ ਬਿਜਲੀ ਬੋਰਡ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ ਭਾਰੀ ਗਿਣਤੀ 'ਚ ਤੁਹਾਡੇ ਬਾਹਰ ਰਿਸ਼ਤੇਦਾਰ ਦੋਸਤ ਮਿੱਤਰ ਵੀ ਖੜ੍ਹੇ ਨੇ, ਮੈਂ ਮਿਲ ਕੇ ਆਇਆ ਕਿ ਤੁਸੀਂ ਇੱਥੇ ਪਹੁੰਚੇ ਹੋ। ਅੱਜ ਤੋਂ ਬਾਅਦ ਤੁਹਾਡਾ ਸ਼ੁਮਾਰ ਪੰਜਾਬ ਸਰਕਾਰ ਦੇ ਉਹਨਾਂ ਯੰਗ, ਉਹਨਾਂ ਐਨਰਜੈਟਿਕ, ਊਰਜਾ ਨਾਲ ਭਰੇ ਹੋਏ ਮੁਲਾਜ਼ਮਾਂ ਦੇ ਵਿੱਚ ਹੋਊਗਾ ਜਿਨ੍ਹਾਂ ਨੇ ਆਪਣੇ ਆਪਣੇ ਮਹਿਕਮਿਆਂ ਨੂੰ, ਆਪਣੇ ਆਪਣੇ ਅਹੁਦੇ ਨੂੰ, ਆਪਣੇ ਆਪਣੇ ਦਫ਼ਤਰਾਂ ਨੂੰ ਉੱਚੇ ਮੁਕਾਮ 'ਤੇ ਲੈ ਕੇ ਜਾਣਾ। ਜਿਨ੍ਹਾਂ ਕੁਰਸੀਆਂ 'ਤੇ ਤੁਸੀਂ ਬੈਠੋਗੇ ਉਹਨਾਂ ਕੁਰਸੀਆਂ 'ਤੇ ਇਸ ਤੋਂ ਪਹਿਲਾਂ ਕੋਈ ਹੋਰ ਬਹਿੰਦਾ ਸੀ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਬਹੁਤ ਸਾਰੇ ਚੰਗੇ ਬੰਦੇ ਵੀ ਉਹਨਾਂ ਕੁਰਸੀਆਂ 'ਤੇ ਬਹਿ ਕੇ ਗਏ ਹੋਣਗੇ, ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਜਿਹੜੇ ਉਹਨਾਂ ਕੁਰਸੀਆਂ ਨੂੰ ਬਦਨਾਮ ਕਰਕੇ ਗਏ ਹੋਣਗੇ, ਪਰ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਕੁਰਸੀਆਂ 'ਤੇ ਤੁਸੀਂ ਬੈਠੋਗੇ ਉਹਨਾਂ ਕੁਰਸੀਆਂ ਬਾਰੇ ਕਿਹਾ ਜਾਊਗਾ ਕਿ ਹਾਂ ਇਸ ਕੁਰਸੀ 'ਤੇ ਜਿਹੜਾ ਮੁੰਡਾ ਬਹਿੰਦਾ ਹੈ, ਇਸ ਕੁਰਸੀ 'ਤੇ ਜਿਹੜੀ ਕੁੜੀ ਅਫਸਰ ਲੱਗ ਕੇ ਬਹਿੰਦੀ ਹੈ, ਉੱਥੇ ਗਰੀਬਾਂ ਦੀ ਸੁਣੀ ਜਾਂਦੀ ਹੈ, ਉੱਥੇ ਲੋਕਾਂ ਦੇ ਕੰਮ ਹੁੰਦੇ ਨੇ, ਉੱਥੇ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਕਰਪਸ਼ਨ ਤੋਂ ਕੰਮ ਹੁੰਦਾ। ਰਾਜਨੀਤਿਕ ਦੇ ਵਿੱਚ ਉਤਰਾਅ ਚੜ੍ਹਾਅ ਹੁੰਦੇ ਨੇ, ਪਰ ਜਿਹੜੀ ਰਾਜਨੀਤੀ ਅਸੀਂ ਕਰ ਰਹੇ ਹਾਂ, ਮੈਂ ਕਰ ਰਿਹਾ, ਉਹਦੇ ਵਿੱਚ ਮੈਨੂੰ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ। ਜੋ ਪੋਲੀਟੀਕਲ ਪਾਰਟੀਆਂ ਮੇਰੇ ਬਾਰੇ ਬੋਲੀ ਜਾਂਦੀਆਂ, ਬੋਲੀ ਜਾਣ ਦਿਓ, ਉਹਨਾਂ ਦਾ ਕੰਮ ਹੈ, ਕਿਉਂਕਿ ਨਹੀਂ ਤਾਂ ਉਹ ਅਖਬਾਰ 'ਚ ਨਹੀਂ ਛਪਦੇ, ਕੁਛ ਨਾ ਕੁਛ ਤਾਂ ਕਹਿਣਾ ਪੈਂਦਾ ਉਹਨਾਂ ਨੂੰ। ਮੇਰਾ ਮਕਸਦ ਇਹ ਹੈ ਕਿ ਜਿੰਨੇ ਚੁੱਲ੍ਹਿਆਂ ਦੀ ਅੱਗ ਬਚ ਸਕਦੀ ਹੈ, ਜਿੰਨੇ ਚੁੱਲ੍ਹਿਆਂ ਦੀ ਅੱਗ ਵੱਧ ਸਕਦੀ ਹੈ, ਉਹ ਵਧਾਈਏ। ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਸ ਅਹੁਦੇ 'ਤੇ ਬੈਠਣ ਦਾ, ਅਤੇ ਉਸ ਅਹੁਦੇ 'ਤੇ ਬਹਿ ਕੇ ਮੈਂ ਤੁਹਾਡੇ ਵਿਰੁੱਧ ਹੀ ਫੈਸਲੇ ਲਵਾਂ, ਫਿਰ ਮੇਰੇ ਤੋਂ ਵੱਡਾ ਕਿਰਤ ਕੰਮ ਕੋਈ ਹੋਊਗਾ ਨਹੀਂ। ਜਦੋਂ ਵੀ ਸਾਡੇ ਕੋਲ ਕੋਈ ਭਰਤੀ ਦਾ, ਕਿਸੇ ਪੇਪਰ ਦਾ ਜਾਂ ਆਉਣ ਵਾਲੀਆਂ ਪੋਸਟਾਂ ਕੱਢਣ ਦਾ ਕੋਈ ਫਾਈਲ ਆਉਂਦੀ ਹੈ, ਮੈਂ ਸਭ ਤੋਂ ਪਹਿਲਾਂ ਉਹ 'ਤੇ ਸਾਈਨ ਕਰਦਾ ਕਿ ਆਹ ਛੇਤੀ ਛੇਤੀ ਕਰੋ, ਕਿਉਂਕਿ ਸਾਡੇ ਧੀਆਂ ਪੁੱਤ ਜਿਹੜੇ ਨੇ ਉਹਨਾਂ ਨੂੰ ਨੌਕਰੀ ਦੇਈਏ,
ਕੰਮ 'ਤੇ ਲਾਈਏ, ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ। ਅੱਜ ਤੋਂ ਬਾਅਦ ਤੁਹਾਡਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੀ ਬਦਲ ਜੂਗਾ। ਇਸ ਤੋਂ ਪਹਿਲਾਂ ਤਲਵਾਰ ਲਟਕਦੀ ਸੀ, ਪਤਾ ਨਹੀਂ ਕੰਮ ਮਿਲੂਗਾ, ਪਤਾ ਨਹੀਂ ਨਾ, ਪਤਾ ਨਹੀਂ ਕੋਈ ਕੋਈ ਰਿਸ਼ਵਤ ਵਾਲਾ ਨਾ ਲੈ ਜੇ, ਪਤਾ ਨਹੀਂ ਕੋਈ ਵੱਡਾ ਬੰਦਾ ਨਾ ਕੋਈ ਆਪਦੇ ਬੰਦੇ ਫਿੱਟ ਕਰਾ ਜੇ, ਪਤਾ ਨਹੀਂ ਕੈਨੇਡਾ ਅਮਰੀਕਾ ਜਾਣ ਬਾਰੇ ਵੀ ਸੋਚਦੇ ਹੋਣਗੇ ਬਹੁਤ ਸਾਰੇ। ਆਈਲੈਟਸ ਕਰ ਲੈਂਦੇ ਹਾਂ, ਉਹਨਾਂ ਦਾ ਆਪਾਂ ਨੂੰ ਮਾਪਿਆਂ ਵੱਲੋਂ ਵੀ ਹੋਣ ਲੱਗ ਜਾਂਦਾ ਕਿ ਉਹ ਦੇਖ ਲਾ ਫਲਾਨਿਆਂ ਦਾ ਮੁੰਡਾ, ਫਲਾਨਿਆਂ ਦੀ ਕੁੜੀ, ਉਹ ਆਪਦਾ ਕੈਨੇਡਾ ਚਲੀ ਗਈ ਅਤੇ ਤੂੰ ਵੀ ਕੁਛ ਕਰ ਲਾ, ਇੱਦਾਂ ਦੇ ਕੁਛ ਸੁਣਨਾ ਪੈ ਜਾਂਦਾ। ਪਰ ਮੈਂ ਤੁਹਾਨੂੰ ਦੱਸ ਦਿੰਦਾ ਇਸ ਗੱਲ ਦੀ ਕਿ ਤੁਸੀਂ ਇੱਥੇ ਰਹਿ ਕੇ ਆਪਣੀ ਕਾਬਲੀਅਤ ਦੇ ਸਦਕੇ ਅੱਜ ਪੰਜਾਬ ਸਰਕਾਰ ਦੇ ਵਿੱਚ ਪੱਕੀ ਨੌਕਰੀ 'ਤੇ ਤੁਸੀਂ ਅੱਜ ਨਿਯੁਕਤ ਹੋਣ ਲੱਗੇ ਹੋ। ਕੋਈ ਠੇਕੇ ਵਾਲੀ ਨਹੀਂ ਹੈਗੀ ਇਹ, ਕੋਈ ਕੰਟਰੈਕਟ ਕੋਈ ਕੰਟਰੈਕਟ 'ਤੇ ਨਹੀਂ ਰੱਖਿਆ ਹੋਇਆ, ਕੋਈ ਆਊਟਸੋਰਸਿੰਗ ਨਹੀਂ ਹੈਗੀ, ਉਹ ਚੀਜ਼ ਅਸੀਂ ਬੰਦ ਕਰਾਂਗੇ। ਬਹੁਤ ਸਾਰੀਆਂ ਇਹੋ ਜਿਹੇ ਮਹਿਕਮੇ ਨੇ, ਤੁਸੀਂ ਹੈਰਾਨ ਹੋ ਜਾਓਗੇ, ਜਿਨ੍ਹਾਂ ਨੂੰ ਗੌਰਮੈਂਟ 25,000 24,000 26,000 ਤਨਖਾਹ ਦਿੰਦੀ ਹੈ, ਪਰ ਮੁਲਾਜ਼ਮ ਕੋਲ 5,000-7,000 ਪਹੁੰਚਦੀ ਹੈ। ਜਿਹੜਾ ਵਿਚਾਲੇ ਬੰਦਾ ਆਖਿਆ ਹੋਇਆ, ਜਿਹਨੂੰ ਗੌਰਮੈਂਟ ਦਿੰਦੀ ਹੈ ਤਨਖਾਹ, ਆਊਟਸੋਰਸਿੰਗ ਵਾਲਾ ਜਾਂ ਕੋਈ ਠੇਕੇਦਾਰ, ਉਹ ਸਾਈਨ ਤਾਂ ਕਰਾਉਂਦਾ ਐਗਰੀਮੈਂਟ 'ਤੇ 25,000 'ਤੇ, ਪਰ ਦਿੰਦਾ ਤੁਹਾਨੂੰ 5,000-7,000 ਹੈ। ਮਤਲਬ ਤੁਸੀਂ ਕੰਮ ਕਰਕੇ 5,000-7,000 ਲੈ ਰਹੇ ਹੋ, ਉਹ ਬਿਨਾਂ ਕੰਮ ਤੋਂ ਤੁਹਾਡੇ ਤੋਂ ਤਿੱਗਣੇ ਲੈ ਰਹੇ, 15,000-20,000 ਬਚ ਰਿਹਾ ਉਹਨੂੰ। ਇਹ ਕੰਮ ਅਸੀਂ ਬੰਦ ਕਰਾਂਗੇ। ਜਦੋਂ ਤੁਸੀਂ ਵਿੱਚੋਂ ਅੱਛਾ ਇਹ ਪਤਾ ਕੀਤਾ ਸੀ ਕਿ ਕੌਣ ਕੌਣ ਨੇ, ਉਹ ਜਿੰਨੇ ਕੁ ਸਾਨੂੰ ਪਤਾ ਲੱਗਿਆ, ਸਾਰੇ ਹੀ ਇਹਨਾਂ ਦੇ ਰਿਸ਼ਤੇਦਾਰ ਨੇ, ਸਾਰੇ ਹੀ ਇਹਨਾਂ ਦੇ ਦੋਸਤ ਮਿੱਤਰ ਨੇ, ਕੋਈ ਭੂਆ ਦਾ ਮੁੰਡਾ, ਕਿਸੇ ਦੇ ਮਾਮੇ ਦਾ ਮੁੰਡਾ, ਮਤਲਬ ਕੋਈ ਨਹੀਂ ਛੱਡਿਆ ਇਹਨਾਂ ਨੇ ਕੋਈ, ਮਤਲਬ ਵੀ ਜਿਹੜਾ ਬੇਰੁਜ਼ਗਾਰ ਰਹਿ ਜੇ ਇਹਨਾਂ ਦਾ ਕੋਈ ਰਿਸ਼ਤੇਦਾਰ। ਕਾਰਨ ਉਸੇ ਕਰਕੇ ਫਿਰ ਇਹ ਅਰਾਜਕਤਾ ਫੈਲੀ ਹੈ, ਉਸੇ ਕਰਕੇ ਮੁੰਡੇ ਕੁੜੀਆਂ ਦਾ ਦਿਲ ਟੁੱਟਿਆ, ਬਾਹਰਲੇ ਮੁਲਕਾਂ ਨੂੰ ਭੱਜੇ। ਅੱਜ 360 ਦੇ ਲਗਭਗ 249 ਅਤੇ 111 360 ਨੌਕਰੀਆਂ ਅਸੀਂ ਦੋਨੇ ਮਹਿਕਮਿਆਂ 'ਚ ਦਿੱਤੀਆਂ। ਆਉਣ ਵਾਲੇ ਦਿਨਾਂ 'ਚ 14-15-16 ਨੂੰ ਕਾਂਸਟੇਬਲ ਦਾ ਪੇਪਰ ਹੋਊਗਾ, ਹੈੱਡ ਕਾਂਸਟੇਬਲ ਦਾ, ਅਤੇ ਸਬ ਇੰਸਪੈਕਟਰਾਂ ਦੇ ਪੇਪਰ ਹੋਣਗੇ, ਅਤੇ ਉਹਨਾਂ 'ਚੋਂ ਪਾਸ ਹੋਏ ਜਿਹੜੇ ਉਹਨਾਂ ਨੂੰ ਰੱਖਿਆ ਜਾਊਗਾ। PSPCL ਦੇ ਵਿੱਚ ਇਸੇ ਮਹੀਨੇ ਦਿਵਾਲੀ ਤੋਂ ਬਾਅਦ ਪੇਪਰ ਹੋ ਜੂਗਾ, 2100 ਅਸਿਸਟੈਂਟ ਲਾਈਨਮੈਨ ਰੱਖੇ ਜਾਣਗੇ, ਉਹ ਵੀ ਆਪਣੀ ਮੁੰਡੇ ਕੁੜੀਆਂ ਨੇ, ਟ੍ਰੇਨਿੰਗ ਉਹਨਾਂ ਦੀ ਹੋ ਗਈ, ਇੱਕ ਥਿਊਰੀ ਦਾ ਪੇਪਰ ਰਹਿੰਦਾ ਉਹ ਹੋ ਜੂਗਾ। ਬਲਕਿ ਮੈਨੂੰ ਤਾਂ ਮੰਤਰੀ ਸਾਹਿਬ ਨੇ ਐਡਵਾਂਸ ਦੇ ਵਿੱਚ ਹੀ ਸੱਦਾ ਪੱਤਰ ਦੇ ਤਾ ਕਿ ਇੱਥੇ ਆ ਜਿਓ ਜੀ, ਇੱਥੇ ਮੈਂ ਮਹੀਨੇ 'ਚ ਲਗਭਗ ਦੋ ਵਾਰ ਦੀ ਐਵਰੇਜ ਹੈ ਇੱਥੇ, ਇੱਥੇ ਲਿਆ ਕੇ ਅਸੀਂ ਬਹੁਤ ਸੋਹਣੇ ਖੂਬਸੂਰਤ ਆਡੀਟੋਰੀਅਮ ਹੈ, ਅਸੀਂ ਜਿਹੜਾ ਉਹ ਨਿਯੁਕਤੀ ਪੱਤਰ ਦਿੰਦੇ ਹਾਂ। ਬਹੁਤ ਸਾਰਿਆਂ ਨਾਲ ਮੇਰੀ ਫੋਟੋ ਨਹੀਂ ਹੋਈ ਹੋਈ, ਕੋਈ ਗੱਲ ਨਹੀਂ, ਕਦੇ ਕਿਸੇ ਨਾ ਕਿਸੇ ਹੋਰ ਮੋੜ 'ਤੇ ਮਿਲਾਂਗੇ, ਉੱਥੇ ਫੋਟੋ ਖਿਚਾ ਲਿਓ, ਮੈਨੂੰ ਕੋਈ ਉਹ ਨਹੀਂ ਹੈਗਾ। ਪਰ ਇਹ ਚੰਗਾ ਲੱਗਿਆ ਕਿ ਯੂਥ ਜਿਹੜਾ ਉਹ ਹੁਣ ਜੇ ਕੰਮ 'ਤੇ ਲੱਗੂਗਾ ਯੂਥ, ਤਾਂ ਉਹਦੀ ਐਨਰਜੀ ਜਿਹੜੀ ਹੈ ਉਹ ਪੋਜ਼ੀਟਿਵ ਤਰੀਕੇ ਨਾਲ ਯੂਟੀਲਾਈਜ਼ ਹੋ ਜੂਗੀ। ਇੰਡੀਆ ਜਿਹੜਾ ਆਪਣਾ ਦੇਸ਼ ਹੈ, ਯੰਗੈਸਟ ਕੰਟਰੀ ਹੈ ਧਰਤੀ ਦੇ ਉੱਤੇ, 65% ਪਾਪੂਲੇਸ਼ਨ ਦੀ ਉਮਰ 35 ਤੋਂ ਥੱਲੇ ਥੱਲੇ ਹੈ, ਹੋਰ ਕਿਸੇ ਦੇਸ਼ 'ਚ ਨਹੀਂ ਹੈਗੀ ਇੱਦਾਂ ਦੀ। ਪਰ ਜੇ ਤਾਂ ਉਸ ਐਨਰਜੀ ਨੂੰ, ਯੂਥ ਵਾਲੀ ਐਨਰਜੀ ਨੂੰ ਵਧੀਆ ਤਰੀਕੇ ਨਾਲ ਵਰਤ ਲਿਆ, ਤਾਂ ਅਸੀਂ ਨੰਬਰ 1 ਮੁਲਕ ਬਣਨ ਵੱਲ ਵੱਧ ਸਕਦੇ ਹਾਂ। ਅਤੇ ਜੇ ਉਸ ਐਨਰਜੀ ਨੂੰ ਨਾ ਵਰਤਿਆ ਗਿਆ ਤਾਂ ਉਹ ਐਨਰਜੀ ਜਿਹੜੀ ਹੈ ਕਿਸੇ ਹੋਰ ਪਾਸੇ ਗਲਤ ਸੰਗਤ ਦਾ ਸ਼ਿਕਾਰ ਹੋਈ ਜਾਂ ਕਿਸੇ ਹੋਰ ਗੈਰ ਸਮਾਜਿਕ ਤੱਤਾਂ ਨਾਲ ਉਹਨਾਂ ਦਾ ਕੋਈ ਮੇਲ ਹੋ ਗਿਆ, ਤਾਂ ਇਹ ਐਨਰਜੀ ਉਲਟਾ ਵੀ ਪੈ ਸਕਦੀ ਹੈ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਰਕਾਰ ਬਣ ਗਈ ਅਸੀਂ ਤੁਹਾਡੇ ਹੱਕ 'ਚ ਹਰੇ ਰੰਗ ਦੇ ਪੈਨ ਚਲਾਵਾਂਗੇ, ਅਤੇ ਚਲਾ ਰਹੇ ਹਾਂ। ਹੁਣ ਤੱਕ ਅਸੀਂ ਜੋ ਮੇਰੇ ਕੋਲ ਫਿਗਰ ਹੈ, ਮੈਂ ਪੂਰੀ ਫਿਗਰ ਦੱਸਣੀ ਚਾਹੁੰਦਾ, ਇਹ ਨਹੀਂ ਕਹਿਣਾ ਚਾਹੁੰਦਾ ਮੈਂ ਇੰਨੇ ਫਿਗਰ ਦੇ ਮੁਤਾਬਕ ਹੈਗਾ ਜੀ, 18,543 ਸਰਕਾਰੀ ਨੌਕਰੀ ਦੇ ਚੁੱਕੇ ਹਾਂ,
ਸਰਕਾਰੀ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਆਪਣਾ ਓਥ ਸੈਰੇਮਨੀ ਸੀ, ਉਹ ਤੋਂ ਬਾਅਦ ਦੀ ਗੱਲ ਕਰਦਾ ਮੈਂ। ਅਤੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ। ਉਹ ਕਹਿੰਦੇ, ਤੁਸੀਂ ਦੇਖਿਆ ਹੋਣਾ ਵੀਡੀਓ, ਉਹ ਕਹਿੰਦੇ 14 ਸਾਲ ਹੋ ਗਏ ਸਾਨੂੰ, 14 ਸਾਲ ਅਸੀਂ ਦੀਵਾਲੀ ਨਹੀਂ ਮਨਾਈ ਸੀ, ਕਾਲੀ ਦੀਵਾਲੀ ਮਨਾਉਂਦੇ ਸੀ, ਇਸ ਵਾਰ ਅਸੀਂ ਦੀਵਾਲੀ ਥੋੜ੍ਹੀ ਜਿਹੀ ਦੀਵਿਆਂ ਵਾਲੀ ਮਨਾਵਾਂਗੇ। ਪਤਾ ਨਹੀਂ ਕੀ ਕਰਦੇ ਰਹੇ ਸਾਡੇ ਪੁਰਾਣੇ ਜਿਹੜੇ ਪਹਿਲਾਂ ਵਾਲੇ ਕੁਰਸੀਆਂ ਵਾਲੇ, 14-14 ਸਾਲ ਯੂਥ ਨੂੰ ਸੜਕਾਂ 'ਤੇ ਰੱਖਿਆ, ਲਾਠੀਚਾਰਜ ਕਰਦੇ ਰਹੇ, ਭੁੱਖੇ ਰੱਖਿਆ, ਉਹਨਾਂ 'ਤੇ FIR ਪਰਚੇ ਪਾਏ। ਹੱਦ ਹੈ। ਜੇ ਟੀਚਰ ਸੇਫ ਨਹੀਂ ਹੈਗਾ, ਸਾਡੇ ਬੱਚਿਆਂ ਦਾ ਭਵਿੱਖ ਸੇਫ ਕਿਵੇਂ ਹੋਊਗਾ ਜੀ? ਪਹਿਲਾਂ ਟੀਚਰ ਨੂੰ ਤਾਂ ਇਹ ਹੋਵੇ ਨਾ ਕਿ ਮੈਂ ਸੇਫ ਹਾਂ। ਟੀਚਰ ਤਾਂ ਮਤਲਬ ਮੈਂ ਦੇਖਦਾ ਵੀ ਰਿਹਾ, ਮੈਂ ਗੱਲ ਬੋਲਦਾ ਵੀ ਰਿਹਾ, ਮੈਂ ਜੋ ਭਾਸ਼ਣ ਦੇ ਵਿੱਚ ਬੋਲਦਾ ਮੈਂ ਬਹੁਤ ਚੁਣ ਕੇ ਧਿਆਨ ਨਾਲ ਬੋਲਦਾ, ਕਿਉਂਕਿ ਇੱਕ ਤਾਂ ਮੇਰੇ ਭਾਸ਼ਣ ਮਸ਼ਹੂਰ ਹੋ ਜਾਂਦੇ ਨੇ, ਇਹ ਨਹੀਂ ਹੋ ਸਕਦਾ ਫਿਰ ਮੈਂ ਭੁੱਲ ਜਾ ਉਹਨਾਂ ਨੂੰ, ਜੇ ਮੈਂ ਭੁੱਲ ਗਿਆ ਤੁਸੀਂ ਯਾਦ ਕਰਾ ਦਿੰਦੇ ਹੋ, ਠੀਕ ਹੈ ਨਾ। ਕਿ ਮੈਂ ਕਹਿੰਦਾ ਰਿਹਾ ਕਿ ਸਕੂਲ ਹੈ, ਸਕੂਲ ਦੇ ਮੂਹਰੇ ਟੈਂਕੀ ਹੈ ਪਾਣੀ ਦੀ, ਸਕੂਲ ਟੀਚਰਾਂ ਵੱਲੋਂ ਖਾਲੀ ਹੈ, ਟੈਂਕੀ ਟੀਚਰਾਂ ਨਾਲ ਭਰੀ ਪਈ ਹੈ, ਹੁੰਦਾ ਸੀ। ਹੁਣ ਅਸੀਂ ਹੌਲੀ ਹੌਲੀ ਕਰਕੇ ਹੁਣ 8736 ਕੀਤੇ ਨੇ, ਆਪਣੇ ਕੋਲ ਲਗਭਗ 36,000 ਹੈ, 28,000 ਰਹਿ ਗਏ ਕੱਚੇ ਮੁਲਾਜ਼ਮ। ਹੋਰ ਮਹਿਕਮਿਆਂ ਦੇ ਵੀ ਨੇ, ਬਹੁਤ ਸਾਰੇ ਮਹਿਕਮਿਆਂ ਦੇ, ਪਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਾਨੂੰਨੀ ਕਾਰਵਾਈ 'ਚ ਫਸੋ ਤੁਸੀਂ। ਅਸੀਂ ਲੀਗਲੀ ਬਿਲਕੁਲ ਸੇਫ ਕਰਕੇ ਪਹਿਲਾਂ ਫਿਰ ਅਸੀਂ ਅਨਾਊਂਸ ਕਰਦੇ ਹਾਂ। ਅਸੀਂ ਤਾਂ ਦੇਣ ਨੂੰ ਤਾਂ ਅਸੀਂ ਅੱਜ ਫੜਾ ਦਿੰਦੇ, ਚਲੋ 28,000 ਮੁਲਾਜ਼ਮ ਪੱਕੇ ਕਰਤੇ, ਕੱਲ੍ਹ ਨੂੰ ਕਿਸੇ ਨੇ PAEL ਪਾਤੀ ਉੱਥੇ ਧੱਕੇ ਖਾਈ ਜਾਊਂਗੇ। ਸਰਕਾਰ ਦਾ ਫਰਜ਼ ਹੈ ਕਿ ਰਸਤੇ ਕਲੀਅਰ ਕਰਕੇ ਦੇਵੇ, ਤਾਂ ਕਿ ਜਦੋਂ ਨਿਯੁਕਤੀ ਪੱਤਰ ਮਿਲ ਗਿਆ ਉਹ ਕੰਮ 'ਤੇ ਜਾਵੇ, ਨਾ ਕਿ ਉਹਨੂੰ ਕੋਈ ਵਕੀਲ ਕਰਨਾ ਪਵੇ ਆਪਦੀ ਫਿਰ ਨੌਕਰੀ ਨੂੰ ਫਿਰ ਬਚਾਉਣ ਵਾਸਤੇ। ਸੋ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਇਹਦੇ ਵਾਸਤੇ। ਕੱਲ੍ਹ ਹੀ ਅਸੀਂ ਜਿਹੜੇ ਕੰਸਟਰਕਸ਼ਨ ਲੇਬਰ ਜਿਹੜੀ ਹੈ, ਉਸਾਰੀ ਵਾਲੇ ਮਜ਼ਦੂਰ ਨੇ, ਉਹਨਾਂ ਦੀ ਜਿਹੜੀ ਮਿਨੀਮਮ ਵੇਜ ਹੈ ਉਹ ਕਈ ਸਾਲਾਂ ਤੋਂ ਲਟਕੀ ਪਈ ਸੀ, ਕੱਲ੍ਹ ਅਸੀਂ ਸਕਿਲਡ, ਸੈਮੀ ਸਕਿਲਡ, ਅਨਸਕਿਲਡ ਅਤੇ ਹਾਈਲੀ ਸਕਿਲਡ, 4 ਕੈਟਾਗਰੀਆਂ ਨੇ, ਉਹਨਾਂ ਦੀਆਂ ਜਿਹੜੀਆਂ ਮਿਨੀਮਮ ਵੇਜ ਹੈ ਉਹ ਕਿਸੇ ਦੀ 1,000, ਕਿਸੇ ਦੀ 1,500, ਕਿਸੇ ਦੀ 1,800 ਰੁਪਏ ਤੱਕ ਮਹੀਨਾ ਪਰ ਮੰਥ ਅਸੀਂ ਵਧਾਈ ਹੈ। ਨਾਲ ਇਹ ਵੀ ਕਿਹਾ ਕਿ ਕਿਉਂਕਿ 6,30,000 ਦੇ ਲਗਭਗ ਰਜਿਸਟਰਡ ਨੇ, ਜਦਕਿ ਮਜ਼ਦੂਰ ਜਿਹੜੇ ਕੰਸਟਰਕਸ਼ਨ ਕਰਦੇ ਨੇ ਪੰਜਾਬ 'ਚੋਂ ਬਹੁਤ ਜ਼ਿਆਦਾ ਨੇ, ਉਹਨਾਂ ਨੂੰ ਰਜਿਸਟ੍ਰੇਸ਼ਨ ਦਾ ਪਤਾ ਹੀ ਨਹੀਂ ਵੀ ਕਿਵੇਂ ਕਰਾਈ ਦੀ ਹੁੰਦੀ ਹੈ। ਜੇ ਜਾਣਾ ਸੁਵਿਧਾ ਸੈਂਟਰ ਜਾਂਦੇ ਨੇ, ਉੱਥੇ ਉਹ ਕਹਿੰਦੇ ਨੇ ਜੀ ਆਹ ਲੈ ਕੇ ਆਓ ਕਾਗਜ਼, ਉਹ ਕਾਗਜ਼ ਲਿਆਉਣ ਨੂੰ ਇੱਕ ਦਿਨ ਲੱਗ ਜਾਂਦਾ, ਅਗਲੇ ਦਿਨ ਫਿਰ ਜਾਂਦੇ ਨੇ, ਫਿਰ ਕੋਈ ਆਪਾਂ ਤਾਂ ਲੈ ਕੇ 3 ਦਿਨ ਦਿਹਾੜੀ ਛੁੱਟ ਗਈ। ਜਿਹੜੇ ਬੰਦੇ ਹੈਂਡ ਟੂ ਮਾਊਥ ਨੇ ਉਹ ਉਸੇ ਦਿਨ ਹੀ ਕਮਾਉਂਦੇ ਨੇ, ਉਸੇ ਦਿਨ ਹੀ ਖਾਂਦੇ ਨੇ, ਉਹ 3 ਦਿਨ ਦਿਹਾੜੀ ਛੱਡ ਕੇ ਕਿਹੜੀ ਰਜਿਸਟ੍ਰੇਸ਼ਨ ਲੋਕਾਂ ਨੂੰ ਛੱਡੋ, ਪਰ ਆਪਾਂ ਕੰਮ 'ਤੇ ਚੱਲੀਏ। ਅਸੀਂ ਹੁਣ ਕੀਤਾ ਕਿ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਕਿਸੇ ਵੀ ਸੁਵਿਧਾ ਸੈਂਟਰ 'ਚ, ਸੇਵਾ ਸੈਂਟਰ 'ਚ। ਪੰਜਾਬ ਸਰਕਾਰ ਵੱਲੋਂ, ਲੇਬਰ ਡਿਪਾਰਟਮੈਂਟ ਵੱਲੋਂ ਅਸੀਂ ਪਿੰਡਾਂ ਦੇ ਵਿੱਚ ਕੈਂਪ ਲਾਵਾਂਗੇ, ਕੰਪਿਊਟਰ ਨਾਲ ਲੈ ਕੇ ਜਾਣਗੇ ਅਫਸਰ, ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਊਗੀ, ਲੇਬਰ ਚੌਂਕ ਜਿਹੜੇ ਨੇ ਜਿੱਥੇ ਖੜ੍ਹੇ ਨੇ ਉਹ, ਉੱਥੇ ਕੈਂਪ ਲਾਏ ਜਾਣਗੇ, ਉੱਥੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਊਗੀ, ਅਤੇ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਨੇ ਜਿੱਥੇ ਕੰਮ ਚੱਲ ਰਿਹਾ ਉੱਥੇ ਜਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਂਗੇ ਕਿ ਕਿਹੜੇ ਕਿਹੜੇ ਕੰਸਟਰਕਸ਼ਨ ਦੇ ਕੰਮ 'ਚ ਨੇ ਰਜਿਸਟ੍ਰੇਸ਼ਨ। ਅਤੇ ਰਜਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਨੇ, ਬਹੁਤ ਸਾਰੀਆਂ, ਗਿਣੀਆਂ ਵੀ ਨਹੀਂ ਜਾਣੀਆਂ ਇੰਨੀਆਂ ਨੇ, ਪਰ ਉਹ ਪੈਸਾ ਜਿਹੜਾ ਅਨਡਿਲੀਵਰਡ ਪਿਆ ਰਹਿੰਦਾ, ਇੱਦਾਂ ਹੀ ਪਿਆ ਰਹਿੰਦਾ, ਮਿਲਦਾ ਹੀ ਨਹੀਂ ਕਿਸੇ ਨੂੰ। ਤੁਸੀਂ ਸ਼ਗਨ ਸਕੀਮ ਦਾ ਉਹਦੇ 'ਚ ਹੈਗਾ ਬੇਟੀ ਦੇ ਵਿਆਹ 'ਤੇ, ਅਤੇ ਸ਼ਗਨ ਸਕੀਮ ਦੀ ਕੀ ਹਾਲਤ ਸੀਗੀ? ਮੈਂ ਜਦੋਂ MP ਹੁੰਦਾ ਸੀ, ਇਹ ਹੈਗੀ 2016 ਦੀ ਗੱਲ, ਮੇਰੇ ਕੋਲ ਇੱਕ ਬਜ਼ੁਰਗ ਮਾਤਾ ਆਈ, ਕਹਿੰਦੀ ਪੁੱਤ ਮੇਰੀ ਕੁੜੀ ਦਾ ਵਿਆਹ ਸੀਗਾ, ਸਾਡੇ ਪਿੰਡ ਵਾਲਾ ਜਹੇਦਾਰ ਮੈਥੋਂ ਗੂਠਾ ਲਵਾ ਕੇ ਲੈ ਗਿਆ ਸੀ, ਵੀ 21,000 ਮਿਲੂਗਾ, ਉਦੋਂ 21,000 ਕਰਦੇ ਸੀ, ਵੀ 21,000 ਰੁਪਇਆ ਮਿਲੂਗਾ, ਅਤੇ ਮਿਲਿਆ ਨਹੀਂ ਪੁੱਤ। ਮੈਂ ਕਿਹਾ ਵਿਆਹ ਨੂੰ ਕਿੰਨਾ ਕੁ ਚਿਰ ਹੋ ਗਿਆ? ਕਹਿੰਦੀ ਪੁੱਤ ਹੁਣ ਤਾਂ ਸੁੱਖ ਨਾ ਮੇਰੀ ਦੋਤੀ ਵੀ 8ਵੀਂ 'ਚ ਹੋ ਗਈ। ਮੈਂ ਕਿਹਾ ਫਿਰ ਐਂ ਕਰੋ ਮਾਤਾ ਜੀ, 2-3 ਸਾਲ ਹੋਰ ਖੜ੍ਹ ਜਾਂਦੇ ਹਾਂ, ਫਿਰ ਮਾਂ ਧੀ ਤਾਂ ਇਕੱਠੇ ਹੀ ਕਰ ਦਾਂਗੇ ਅਪਲਾਈ ਹੁਣ। ਮਤਲਬ ਬੱਚੇ ਹੋ ਗਏ, ਬੱਚੇ 8ਵੀਂ 9ਵੀਂ 'ਚ ਹੋ ਗਏ, ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲੇ। ਦੱਸੋ
ਪੈਸਾ ਕਾਹਦੇ ਵਾਸਤੇ ਪਿਆ? ਅਨਡਿਲੀਵਰਡ ਪਿਆ। ਬਹੁਤ ਸਾਰੇ ਡਿਪਾਰਟਮੈਂਟ ਹੈ ਜਾਂ ਅਨਡਿਲੀਵਰਡ ਪੈਸਾ ਪਿਆ, ਬਹੁਤ ਹੋਰ ਕਿਤੇ ਦੇ ਨਹੀਂ ਸਕਦੇ ਉਹ, ਜਿਨ੍ਹਾਂ ਵਾਸਤੇ ਆਇਆ ਉਹਨਾਂ 'ਤੇ ਲਾਉਂਦੇ ਨਹੀਂ। ਸੋ ਆਹ ਜਿਹੜੀ ਫਾਈਨੈਂਸ਼ੀਅਲ ਇਰੈਗੂਲਰਿਟੀਜ਼ ਨੇ ਇਹ ਠੀਕ ਕਰਨ ਵਾਲੀਆਂ ਨੇ। ਬਹੁਤ ਸਾਰਾ ਪੈਸਾ ਤਾਂ ਇਹਦੇ ਨਾਲ ਹੀ ਫਲੋ ਦੇ ਵਿੱਚ ਆ ਜਾਊਗਾ। ਸੈਂਟਰ ਬਹੁਤ ਸਾਰੀਆਂ ਸਕੀਮਾਂ 'ਚ ਸੈਂਟਰ ਕਹਿੰਦਾ 85 ਪੈਸੇ ਸਾਡੇ ਨੇ ਜੀ, 15 ਤੁਸੀਂ ਪਾਉਣੇ ਨੇ। ਆਪਣੇ ਵਾਲੇ 15 ਨਹੀਂ ਪਾਉਂਦੇ, ਉਹ 85 ਮੁੜ ਜਾਂਦੇ ਨੇ। 90 10 ਵਾਲੀਆਂ ਸਕੀਮਾਂ ਵੀ ਨੇ, ਆਪਣੇ 10 ਪੈਸੇ ਨਹੀਂ ਪਾਏ ਜਾਂਦੇ, ਉਹ 90 ਮੁੜ ਜਾਂਦੇ ਨੇ ਵਾਪਸ। ਸੋ ਅਸੀਂ ਕੋਈ ਵੀ ਸਕੀਮ ਸੈਂਟਰ ਦੀ ਹੁਣ ਵਾਪਸ ਨਹੀਂ ਮੋੜਾਂਗੇ, ਵੀ ਆਪਣੇ ਵਾਲੇ ਪਾਸਿਓਂ ਪੈਸੇ ਨਹੀਂ ਪਏ, ਪਾਵਾਂਗੇ, ਲੋਕਾਂ ਨੂੰ ਸਹੂਲਤਾਂ ਦੇਵਾਂਗੇ। ਬਿਜਲੀ ਦੇ ਬਿੱਲਾਂ ਬਾਰੇ ਮੈਂ ਜਦੋਂ ਗੱਲ ਕੀਤੀ ਸਰਾਂ ਸਾਹਿਬ ਨਾਲ, ਕਹਿੰਦੇ ਵੀ ਹੋ ਸਕਦਾ, ਮੈਂ ਕਿਹਾ ਜੀ ਕਰਨੇ ਆ ਫਿਰ। ਅਤੇ ਕਿੰਨੇ ਮੀਟਰ ਲੱਗੇ ਹੋਏ ਨੇ, ਕਿੰਨੇ ਆਪਾਂ ਕਿਲੋ ਬਾਹਰ ਦਾ ਵੀ ਚੱਕਰ ਰਸਤਾ ਖਤਮ ਕਰਤਾ ਕਿ 600 ਯੂਨਿਟ ਦਾ ਮਤਲਬ 600 ਯੂਨਿਟ ਹੈ। ਅਸੀਂ ਪੰਜਾਬ ਬਿਜਲੀ ਪੈਦਾ ਕਰਦਾ ਜੀ, ਅਤੇ ਅਸੀਂ ਤਾਂ ਆਪਣੇ ਕੰਜ਼ਿਊਮਰਾਂ ਨੂੰ ਦੇ ਸਕਦੇ ਹਾਂ ਅਸੀਂ ਤਾਂ। ਸੋ ਇੱਕ ਹੋਰ ਅੱਜ ਉਹਨੂੰ ਖੁਸ਼ੀ ਹੋਈ ਹੈ, ਇਹ ਦੋਨੇ ਡਿਪਾਰਟਮੈਂਟ ਇਕੱਠੇ ਬੈਠੇ ਨੇ, PWD ਅਤੇ ਬਿਜਲੀ ਬੋਰਡ। ਥੋੜ੍ਹਾ ਜਿਹਾ ਤਾਲਮੇਲ ਦੀ ਲੋੜ ਹੈ। ਮੈਂ ਪਹਿਲਾਂ ਕਿਸੇ ਮੇਰੇ ਖਿਆਲ 'ਚ ਕਿਤੇ CD 'ਚ ਕੀਤਾ ਸੀਗਾ ਵੀ ਡਿਪਾਰਟਮੈਂਟਾਂ 'ਚ ਤਾਲਮੇਲ ਦੀ ਘਾਟ ਹੁੰਦੀ ਹੈ, ਉੱਧਰੋਂ ਸੜਕ ਬਣੀ ਜਾਂਦੀ ਹੁੰਦੀ ਹੈ, ਉੱਧਰੋਂ PWD ਵਾਲੇ ਸੜਕ ਬਣਾਈ ਜਾਂਦੇ ਨੇ, ਬਿਜਲੀ ਬੋਰਡ ਵਾਲੇ ਉਹ ਰੰਦੇ ਜਿਹੇ ਲਿਖੜੇ ਹੁੰਦੇ ਨੇ ਕਿ ਛੇਤੀ ਬਣਾਓ, ਅਸੀਂ ਪੱਟਣੀ ਹੈ, ਅਸੀਂ ਅੰਡਰਗਰਾਊਂਡ ਤਾਂ ਉਹ ਪਾਉਣੀ ਹੈ। ਥੋੜ੍ਹਾ ਜਿਹਾ ਤੁਸੀਂ ਪਹਿਲਾਂ ਪਾ ਦਿਓ, ਸੜਕ ਉੱਤੇ ਬਣਾ ਦਿਓ ਬਾਅਦ 'ਚ, ਨਾਲ ਦੇ ਨਾਲ ਪੱਟੀ ਜਾਂਦੇ ਨੇ, ਕਹਿੰਦੇ ਅਸੀਂ ਅੰਡਰਗਰਾਊਂਡ ਤਾਰਾਂ ਪਾਉਣੀਆਂ, ਛੇਤੀ ਕਰੋ, ਛੇਤੀ ਬਣਾਓ ਇਹਨੂੰ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਥੋੜ੍ਹਾ ਜਿਹਾ ਆਪਸ 'ਚ ਗੱਲ ਕਰਕੇ ਨਾ, ਤਾਰਾਂ ਪਹਿਲਾਂ ਪਾ ਲਿਆ ਕਰੋ, ਉੱਤੇ ਸੜਕ ਬਣਾ ਲਿਆ ਕਰੋ, ਤਾਂ ਕਿ ਤਾਰਾਂ ਵੀ ਪੈ ਜਾਣ, ਸੜਕ ਵੀ ਵੱਜ ਜੇ। ਸੋ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਫਾਈਨ ਟਿਊਨਿੰਗਸ ਕਰਨ ਵਾਲੀਆਂ ਨੇ, ਸਰਕਾਰ ਤੁਹਾਡੀ ਹੈ, ਤੁਸੀਂ ਸਾਨੂੰ ਸੁਝਾਅ ਦਿਓਗੇ, ਤੁਸੀਂ ਜਦੋਂ ਲੋਕਾਂ ਨਾਲ ਵਿਚਰੋਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡੇ ਕੋਲ ਆਉਣਗੀਆਂ, ਜਿਹੜੀਆਂ ਸ਼ਾਇਦ ਸਾਡੇ ਕੋਲ ਨਹੀਂ ਪਹੁੰਚਦੀਆਂ ਹੋਣਗੀਆਂ, ਉਹਦੇ ਵਿੱਚ ਵੀ ਅਸੀਂ ਮੌਕੇ ਮੌਕੇ 'ਤੇ ਤੁਹਾਡੇ ਨਾਲ ਕਨਵਰਸੇਸ਼ਨ ਜਾਰੀ ਰੱਖਾਂਗੇ, ਗੱਲਬਾਤ ਦਾ ਸਿਲਸਿਲਾ ਕਿ ਕੀ ਦਿੱਕਤਾਂ ਆ ਰਹੀਆਂ ਲੋਕਾਂ ਨੂੰ, ਤੁਸੀਂ ਦੱਸੋ, ਆਪਾਂ ਠੀਕ ਕਰੀਏ ਉਹਨਾਂ ਨੂੰ। ਨਹੀਂ ਤਾਂ ਉਹ ਦਿੱਕਤਾਂ ਹੌਲੀ 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 ਬਹੁਤ ਵੱਡੇ ਮਸਲੇ ਬਣ ਜਾਂਦੇ ਨੇ, ਵਕਤ ਨਾਲ ਸੁਲਝਾ ਲਿਆ ਜਾਵੇ ਤਾਂ ਉਹ ਜਿਹੜਾ ਉਹ ਕਮੀ ਦੂਰ ਹੋ ਸਕਦੀ ਹੈ। ਬਾਕੀ ਆਮ ਘਰਾਂ 'ਚੋਂ ਹਾਂ, ਮੈਂ ਵੀ ਇੱਕ ਟੀਚਰ ਦਾ ਬੇਟਾ, ਆਮ ਸਕੂਲਾਂ 'ਚ ਪੜ੍ਹੇ ਹਾਂ, ਸਰਕਾਰੀ ਕਾਲਜ 'ਚ ਪੜ੍ਹੇ ਹਾਂ, ਬਸ ਇਹੀ। ਚਲੋ ਕਲਾਕਾਰ ਮਸ਼ਹੂਰ ਹੋ ਗਏ ਸੀ, ਉਹ ਵੀ ਨਹੀਂ ਸੋਚਿਆ ਸੀ ਕਦੇ, ਪਰ ਪਰਮਾਤਮਾ ਨੇ ਕੋਈ ਹੋਰ ਜ਼ਿੰਮੇਵਾਰੀ ਲਾਉਣੀ ਸੀ, ਪਰਮਾਤਮਾ ਨੇ ਕੋਈ ਹੋਰ ਕੰਮ ਲੈਣਾ ਸੀ, ਤਾਂ ਇੱਧਰ ਬਾਰੇ ਸੋਚਿਆ ਵੀ ਨਹੀਂ, ਇੱਧਰ ਵੀ ਨਹੀਂ ਸੋਚਿਆ ਸੀ ਕਦੇ। ਪਰ ਜੇ ਆ ਗਏ ਇੱਥੇ, ਤੁਸੀਂ ਲਿਆਂਦਾ ਇੰਨੇ ਭਾਰੀ ਬਹੁਮਤ ਨਾਲ, ਇੰਨੇ ਭਾਰੀ ਵਿਸ਼ਵਾਸ ਨਾਲ, ਇੰਨੀ ਉਮੀਦ ਨਾਲ, ਤਾਂ ਫਿਰ ਨਾਲ ਦੀ ਨਾਲ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਫਿਰ ਜਿਵੇਂ ਜੇ ਅਸੀਂ ਬਹੁਤ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾ ਲਈ, ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹੁਣ ਆਰਾਮ ਨਾ ਬਹਿ ਜੀ। ਹੁਣ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੇ ਜ਼ਿੰਮੇਵਾਰੀ ਨਿਭਾਤੀ, ਹੁਣ ਜ਼ਿੰਮੇਵਾਰੀ ਨਿਭਾਉਣ ਦਾ ਜਿਹੜਾ ਜ਼ਿੰਮਾ ਹੈ ਉਹ ਸਾਡਾ ਹੈ, ਹੁਣ ਫਰਜ਼ ਸਾਡਾ ਬਣਦਾ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਦਾ, ਜਿਹੜੇ ਲੋਕਾਂ ਨੇ ਜਿਸ ਉਮੀਦ ਨਾਲ ਵੋਟਾਂ ਪਾਈਆਂ ਨੇ, ਉਸ ਉਮੀਦ ਨਾਲ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰੀਏ। ਉਮੀਦਾਂ ਵੱਧ ਜਾਂਦੀਆਂ ਨੇ ਬਹੁਤ, ਕਿਉਂਕਿ ਪਹਿਲਾਂ ਕੁਛ ਨਹੀਂ ਹੋਇਆ। ਮੈਂ ਪਾਰਲੀਮੈਂਟ 'ਚ ਬੋਲਦਾ ਸੀ, ਲੋਕਾਂ ਦੇ ਵੀ ਬਹੁਤ ਬੋਲਦਾ, ਮੈਂ ਕਿਹਾ ਮੈਂ ਬਹੁਤ ਘੱਟ ਬੋਲਦਾ ਹਾਂ, ਕਿਉਂਕਿ ਪਹਿਲਾਂ ਵਾਲਾ ਕੋਈ ਬੋਲਿਆ ਨਹੀਂ, ਇਸ ਕਰਕੇ ਮੇਰੇ ਵਾਲਾ ਜ਼ਿਆਦਾ ਲੱਗ ਜਾਂਦਾ। ਸੋ ਜਿੱਥੇ ਵੀ ਤੁਹਾਨੂੰ ਟਾਈਮ ਮਿਲਦਾ, ਜਿਹੜੀ ਵੀ ਕੁਰਸੀ 'ਤੇ ਟਾਈਮ ਮਿਲੂਗਾ, ਉੱਥੇ ਲੋਕਾਂ ਨਾਲ ਇਨਸਾਫ ਕਰਿਓ। ਤੁਹਾਡੇ ਚੱਲਿਆ ਹੋਇਆ ਪੈਨ ਦੀ ਇੱਕ ਇੱਕ ਲਾਈਨ ਜਿਹੜੀ ਹੈ, ਕਈ ਵਾਰੀ ਮਤਲਬ ਲੋਕਾਂ ਦੇ ਬਹੁਤ ਵੱਡੀ ਜ਼ਿੰਦਗੀ 'ਚ ਤਬਦੀਲੀ ਲਿਆ ਸਕਦੀ ਹੈ। ਅਤੇ ਇੱਕ ਹੋਰ ਬੇਨਤੀ ਹੈ, ਬਾਕੀ ਤਾਂ ਪਹਿਲਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਨੇੜੇ ਤੇੜੇ ਰੇਡੀਅਸ ਦੇ ਵਿੱਚ ਹੀ ਰੱਖੀਏ, ਵੀ ਮਤਲਬ ਜਿੱਥੇ ਤੁਹਾਡੀ ਡਿਊਟੀ ਲੱਗੂਗੀ, ਘਰ ਦੇ ਨੇੜੇ ਤੇੜੇ। ਆਪਣੇ ਕੀ ਹੈ ਰਿਵਾਜ਼ ਕਿ ਪਹਿਲਾਂ ਤਾਂ ਨੌਕਰੀ ਲੈਣ ਲਈ ਨੌਕਰੀ ਦੇ ਦਿਓ ਇੱਕ ਵਾਰੀ, ਬਸ ਬਾਕੀ ਫਿਰ ਦੇਖਾਂਗੇ। ਫਿਰ ਅਗਲਾ ਸਟੈਪ ਨਾਲ ਹੀ ਜੁਆਇਨ ਕਰਨ ਤੋਂ ਬਾਅਦ
ਫਿਰ ਕੋਈ ਐਮ ਐਲ ਏ ਨੂੰ ਲੱਭਣ ਲੱਗ ਜਾਂਦੇ ਹਾਂ ਵੀ ਹੁਣ ਬਦਲੀ ਲਈ। ਸੋ ਕੋਈ ਗੱਲ ਨਹੀਂ, ਜੇ ਨਵੇਂ ਜਗ੍ਹਾ 'ਤੇ ਡਿਊਟੀ ਲੱਗੂਗੀ ਤਾਂ ਨਵਾਂ ਕਲਚਰ ਦੇਖਣ ਨੂੰ ਮਿਲੂਗਾ, ਨਵੇਂ ਲੋਕ ਮਿਲਣਗੇ, ਨਵੀਆਂ ਸੜਕਾਂ, ਨਵੇਂ ਵਿਚਾਰ ਵੀ ਪੈਦਾ ਹੋਣਗੇ। ਸੋ ਇਸ ਕਰਕੇ ਪੰਜਾਬ ਤਾਂ ਹੈ ਹੀ ਛੋਟਾ ਜਿਹਾ, ਅਤੇ ਪਰ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਤੁਹਾਡੇ ਰੇਡੀਅਸ ਦੇ ਵਿੱਚ ਹੀ ਤੁਸੀਂ ਰਹੋ, ਤੁਹਾਨੂੰ ਪਰਿਵਾਰਾਂ ਨੂੰ ਮਿਲਣ 'ਚ ਕੋਈ ਦਿੱਕਤ ਨਾ ਆਵੇ, ਅਤੇ ਸ਼ਾਮ ਨੂੰ ਜਾ ਕੇ ਪਰਿਵਾਰ ਦੇ ਵਿੱਚ ਤੁਸੀਂ ਹੱਸੋ ਖੇਡੋ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਪੋਸਟਾਂ ਨਿਕਲ ਰਹੀਆਂ ਨੇ ਹਰੇਕ ਮਹਿਕਮੇ ਦੀਆਂ, ਅਤੇ ਜਿਹੜਾ ਅਸੀਂ ਵਾਅਦਾ ਕੀਤਾ ਸੀ ਉਹਦੇ 'ਤੇ ਅਸੀਂ ਖੜ੍ਹੇ ਹਾਂ। ਅਤੇ ਬਾਕੀ ਕਰਪਸ਼ਨ ਅਸੀਂ ਬੰਦ ਕਰ ਰਹੇ ਹਾਂ, ਇੱਕ ਨੰਬਰ ਜਾਰੀ ਕੀਤਾ ਹੋਇਆ ਕਿ ਜੇ ਕੋਈ ਰਿਸ਼ਵਤ ਮੰਗਦਾ ਤਾਂ ਵੀਡੀਓ ਬਣਾ ਕੇ ਮੋਬਾਈਲ ਕੱਢ ਕੇ ਸਾਨੂੰ ਭੇਜ ਦਿਓ। ਬਹੁਤ ਸਾਰੇ ਹਰ ਰੋਜ਼ ਉਹਦੇ 'ਤੇ ਵੀ ਐਕਸ਼ਨ ਹੁੰਦੇ ਨੇ। ਅਜੇ ਕਈ ਅਫਸਰਾਂ ਨੇ ਕੀ ਕੀਤਾ, ਹੋਰ ਤਰੀਕਾ ਭਾਲ ਲਿਆ, ਆਪਦੇ ਦਫ਼ਤਰ ਦੇ ਮੂਹਰੇ ਲਿਖਤਾ ਅੰਦਰ ਮੋਬਾਈਲ ਫੋਨ ਲਿਜਾਣਾ ਮਨਾ ਹੈ। ਅਸੀਂ ਕਿਹਾ ਕੋਈ ਗੱਲ ਨਹੀਂ, ਫਿਰ ਅਸੀਂ ਇੱਧਰੋਂ ਆਰਡਰ ਜਾਰੀ ਕਰਤਾ ਵੀ ਜਿਹਨੇ ਇਹ ਲਿਖਿਆ ਆਪਦੇ ਦਫ਼ਤਰ ਮੂਹਰੇ ਕਿ ਮੋਬਾਈਲ ਫੋਨ ਅੰਦਰ ਜਾਣਾ ਮਨਾ ਹੈ, ਇਹਨੂੰ ਵੀ ਅਸੀਂ ਭ੍ਰਿਸ਼ਟਾਚਾਰੀ ਮੰਨਾਂਗੇ, ਉਹ ਤਾਂ ਐਂ ਹੀ ਕਰ ਦਿਆਂਗੇ। ਫਿਰ ਕਿਉਂ ਨਹੀਂ ਜਾਣ ਦਿੰਦਾ ਵੀ ਮੋਬਾਈਲ, ਉਹ ਇਹਦਾ ਮਤਲਬ ਕੁਛ ਕਰਦਾ ਉਹ ਅੰਦਰ। ਸੋ ਹੌਲੀ ਹੌਲੀ ਠੀਕ ਹੋਊਗਾ, ਬਾਲਾ ਉਲਝਿਆ ਪਿਆ ਤਾਣਾ, ਲੱਭੀ ਤਾਂ ਜਾਂਦੇ ਹਾਂ ਸਿਰਾ ਕਿਤੇ ਨਾ ਕਿਤੇ, ਹੌਲੀ ਹੌਲੀ ਕਰਾਂਗੇ। 70 ਸਾਲ ਦਾ ਤਾਣਾ ਉਲਝਿਆ, 7 ਮਹੀਨੇ ਹੋਏ ਆਪਾਂ, 7 ਮਹੀਨਿਆਂ ਦੇ ਵਿੱਚ ਵੀ ਬਹੁਤ ਕੁਛ ਕਰਤਾ, ਕੁਛ ਇੱਕ ਪੌ ਜੀ ਫੁੱਟਣੀ ਸ਼ੁਰੂ ਹੋ ਗਈ ਨਵੀਂ ਉਮੀਦ ਦੀ। ਫਿਰ ਸੂਰਜ ਜਦੋਂ ਪੌ ਫੁੱਟਦੀ ਹੈ ਫਿਰ ਸੂਰਜ ਵੀ ਚੜ੍ਹਦਾ ਨਾਲ। ਸੋ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਹੈ ਯਾਰ, ਮੈਂ ਬਹੁਤ ਵਾਰ ਟਰਾਈ ਕੀਤਾ ਮੇਰੇ ਨਾਲ ਮੇਰਾ ਕੰਮ ਨਹੀਂ ਬਣਦਾ, ਮੇਰੀ ਕਿਸਮਤ ਮਾੜੀ ਹੈ ਨਾ। ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ 'ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਨਕਸ਼ੇ ਬਣਾਏ ਜਾਂਦੇ ਆ ਪੰਜਾਬ ਵਾਸਤੇ। ਔਰ 2-3 ਹੋਰ ਖੁਸ਼ਖਬਰੀਆਂ ਤੁਹਾਡੀ ਨੌਕਰੀ ਤੋਂ ਇਲਾਵਾ ਦੱਸ ਦੇਣ ਲੱਗੇ, G20 ਮੁਲਕਾਂ ਦਾ ਸੰਮੇਲਨ ਹੁੰਦਾ ਇੱਕ, ਜਿਹਦੇ ਵਿੱਚ 20 ਮੁਲਕ ਨੇ, ਅਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਅਮੈਰੀਕਾ, ਇਟਲੀ, ਜਰਮਨੀ, ਇੰਡੋਨੇਸ਼ੀਆ, ਰਸ਼ੀਆ, ਸਾਰੇ ਮੁਲਕ ਉਹਦੇ 'ਚ ਆਉਂਦੇ ਨੇ। ਉਹਨਾਂ ਦਾ ਸੰਮੇਲਨ ਜਿਹੜਾ ਹੁੰਦਾ ਉਹ ਇਸ ਵਾਰ ਜਿਹੜਾ ਸੰਮੇਲਨ ਹੈ G20 ਦਾ ਜਿਹੜਾ ਹੁਣ ਹੋਊਗਾ ਨਵਾਂ, ਮਾਰਚ 14-15 ਮਾਰਚ ਨੂੰ ਹੋਊਗਾ, ਤਾਂ ਉਹ ਜਿਹੜਾ ਸੰਮੇਲਨ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਊਗਾ। ਪੂਰੀ ਦੁਨੀਆ ਤੋਂ ਵੱਡੇ ਵੱਡੇ ਪੱਤਰਕਾਰ, ਪੂਰੇ 20-25 ਦੇਸ਼ਾਂ ਦੇ ਬਹੁਤ ਵੱਡੇ ਵੱਡੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਅੰਬੈਸਡਰਸ ਇੱਥੇ ਆਉਣਗੇ। ਥੋੜ੍ਹਾ ਜਿਹਾ ਪੰਜਾਬ ਦਿਖਾਵਾਂਗੇ ਉਹਨਾਂ ਨੂੰ, ਕਲਚਰ ਦਿਖਾਵਾਂਗੇ ਉਹਨਾਂ ਨੂੰ ਕਿ ਅਸੀਂ ਹਾਂ ਇੱਥੇ ਵੱਸਦੇ ਹਾਂ ਭਾਈ, ਗੁਰਾਂ ਦੀ ਨਗਰੀ ਹੈ, ਜਲ੍ਹਿਆਂਵਾਲਾ ਬਾਗ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਬਾਘਾ ਬਾਰਡਰ, ਇਹ ਸਾਰਾ ਕੁਛ ਉਹਨਾਂ ਨੂੰ ਦਿਖਾਵਾਂਗੇ। ਅਤੇ ਉਹ ਕਹਿੰਦੇ ਅਸੀਂ ਪਿੰਡਾਂ 'ਚ ਆ ਕੇ ਵੀ ਦੇਖਣਾ, ਅਸੀਂ ਕਿਹਾ ਜੀ ਆ ਜਾਓ, ਉਦੋਂ ਤੁਹਾਨੂੰ ਪਿੰਡਾਂ ਦਾ ਕਲਚਰ ਵੀ ਦਿਖਾ ਦਾਂਗੇ। ਸੋ ਆਪਾਂ ਆਪਣੇ ਕਲਚਰ ਨੂੰ, ਆਪਣੇ ਵਿਰਸੇ ਨੂੰ ਯਾਦ ਰੱਖਣਾ, ਇਹੋ ਜਿਹੜੇ ਇੰਟਰਨੈਸ਼ਨਲ ਇਵੈਂਟ ਨੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਕਿ ਮਤਲਬ ਅੱਜ ਆਪਾਂ ਜਨੀਵਾ ਨੂੰ ਜਾਣਦੇ ਹਾਂ, ਜਨੀਵਾ ਇਸ ਕਰਕੇ ਜਾਣਿਆ ਜਾਂਦਾ ਕਿ ਉੱਥੇ ਸ਼ਾਂਤੀ ਵਾਰਤਾਵਾਂ ਹੁੰਦੀਆਂ ਜ਼ਿਆਦਾਤਰ। ਸੋ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਈਵੈਂਟ ਆ ਰਹੇ ਨੇ, ਇੰਡਸਟਰੀ ਬਹੁਤ ਆ ਰਹੀ ਹੈ। ਟਾਟਾ ਸਟੀਲ ਜਿਹੜੀ ਹੈ ਉਹ ਜਮਸ਼ੇਦਪੁਰ ਤੋਂ ਬਾਅਦ ਆਪਣਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਦੇਸ਼ ਦਾ ਉਹ ਲੁਧਿਆਣੇ ਲਾ ਰਹੇ ਨੇ। ਬਹੁਤ ਸਾਰੇ ਮੁੰਡਿਆਂ ਨੂੰ ਕੰਮ ਮਿਲੂਗਾ, ਬਹੁਤ ਸਾਰੇ ਨੌਜਵਾਨਾਂ ਨੂੰ ਕੰਮ ਮਿਲੂਗਾ। ਫਰੈਡਨਬਰਗ ਕੰਪਨੀ ਹੈ ਜਰਮਨੀ ਦੀ, ਅਮਰਿੰਡੇ ਦੇ ਨੇੜੇ ਕਲਾਸ ਕੰਬਾਈਨ ਹੈ, ਉਹ ਵੀ ਜਰਮਨੀ ਦੀ ਹੈ, ਉਹਦੇ ਨਾਲ ਹੀ ਉਹਨਾਂ ਨੇ 38 ਕਿੱਲੇ ਲਏ ਨੇ। ਉਹ ਵੀ ਆਪਣੇ ਫਰੈਡਨਬਰਗ ਜਿਹੜੀ ਕੰਪਨੀ ਕਾਰਾਂ ਦੇ ਸਮਾਨ ਬਣਾਉਂਦੀ ਹੈ ਉਹ ਵੀ ਆ ਰਹੀ ਹੈ।
ਗੱਲ ਹੋ ਗਈ ਉਹਨਾਂ ਨਾਲ। 18 ਤਰੀਕ ਨੂੰ ਬਰਵੀਓ ਕੰਪਨੀ ਹੈ ਇੱਕ ਜਰਮਨੀ ਦੀ ਹੈ ਵੀ ਲਹਿਰੇਗਾ ਵੀ ਕੋਲ ਪਟਾਲ ਕਲਾਂ ਉਹਨਾਂ ਦਾ ਪਲਾਂਟ ਹੈ, ਉਹਨਾਂ ਦਾ ਸਾਰਾ MOU ਵਗੈਰਾ ਉਹਨਾਂ ਦਾ ਸਾਰਾ ਲੀਗਲੀ ਹੋ ਗਿਆ। 18 ਅਕਤੂਬਰ ਨੂੰ ਉਦਘਾਟਨ ਕਰਾਂਗੇ। 33 ਟਨ ਪਰਾਲੀ ਇੱਕ ਦਿਨ ਦੇ ਵਿੱਚ ਖਪਤ ਕਰ ਦੇਣਗੇ ਉਹ 33 ਟਨ, ਅਤੇ ਉਸ ਤਰ੍ਹਾਂ ਦੇ 10 ਪਲਾਂਟ ਹੋਰ ਲਾ ਰਹੇ ਨੇ ਉਹ। ਇੰਡਸਟਰੀ ਲੈ ਕੇ ਆਓ ਜੀ, ਇੰਡਸਟਰੀ ਲੈ ਕੇ ਆਵਾਂਗੇ ਤਾਂ ਵਿਸ਼ਵਾਸ ਪ੍ਰਗਟ ਹੁੰਦਾ ਦੂਜਿਆਂ ਦਾ, ਉਹ ਵੀ ਆਉਣਗੇ। ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਮੁੰਡਿਆਂ ਨੂੰ ਕੰਮ ਦੇਣਾ, ਉਹ ਕਹਿੰਦੇ ਜੀ ਸਾਨੂੰ ਟੈਕਨੀਸ਼ੀਅਨ ਜਾਂ ਇੰਜੀਨੀਅਰ ਲੈਵਲ ਦੇ ਤਾਹਾਂ ਦੇ ਪੜ੍ਹੇ ਹੋਏ ਵੱਧ ਪੜ੍ਹੇ ਹੋਏ ਸਾਨੂੰ ਬੰਗਲੌਰ ਪੂਨੇ ਤੋਂ ਮੰਗਵਾਉਣੇ ਪੈਂਦੇ ਨੇ, ਪੰਜਾਬ 'ਚ ਸਾਨੂੰ ਥੋੜ੍ਹਾ ਜਿਹਾ ਦਿੱਕਤ ਆਉਂਦੀ ਹੈ। ਮੈਂ ਕਿਹਾ ਜੀ ਪਹਿਲਾਂ ਮੰਗਾ ਲਓ, ਪਰ ਸਾਨੂੰ ਦੱਸ ਦਿਓ ਵੀ ਇਹਨਾਂ ਨੇ ਕਿਹੜੀ ਡਿਗਰੀ ਕੀਤੀ ਹੋਈ ਹੈ, ਅਸੀਂ ਇੱਥੇ ਤੁਹਾਨੂੰ ਉਹੀ ਸਕਿੱਲਡ ਜਿਹੜੇ ਤੁਸੀਂ ਬੰਗਲੌਰ ਤੋਂ ਮੰਗਾਓਗੇ ਉਨੇ ਹੀ ਸਕਿੱਲਡ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅਸੀਂ ਤੁਹਾਨੂੰ ਅਗਲੇ ਸਾਲ ਤੱਕ ਤੁਹਾਡੀ ਕੰਪਨੀ 'ਚ ਕੰਮ ਕਰਨ ਵਾਸਤੇ ਵੀ ਦੱਸੀ ਤੁਹਾਨੂੰ। ਸੋ ਆਪਾਂ ਨੂੰ ਸਕਿੱਲ ਡਿਵੈਲਪਮੈਂਟ ਵੱਲ ਜਾਣਾ ਚਾਹੀਦਾ ਹੁਣ, ਕਿਉਂਕਿ ਹੁਣ ਜ਼ਮਾਨਾ ਜਿਹੜਾ ਉਹ ਸਕਿੱਲਡ ਦਾ ਆ ਗਿਆ। ਅਤੇ ਫਿਰ ਆਪਣੇ ਜਿਹੜੇ ਨੇ ਧੀਆਂ ਪੁੱਤ ਜਿਹੜੇ ਨੇ ਵੱਡੇ ਅਫਸਰ ਬਣਨਗੇ, ਜਦੋਂ ਕੰਪਨੀਆਂ ਦੇ ਵਿੱਚ ਜਦੋਂ ਬਹੁਤ ਵੱਡੇ ਵੱਡੇ ਉਹਨਾਂ ਨੇ ਡਿਪਾਰਟਮੈਂਟਾਂ ਦੇ ਹੈੱਡ ਬਣੇ ਕੰਪਨੀਆਂ ਦੇ ਵਿੱਚ, ਫਿਰ ਅਸਲ ਦੇ ਵਿੱਚ ਆਪਾਂ ਕਹਾਂਗੇ ਕਿ ਪੰਜਾਬ ਹੁਣ ਨੰਬਰ 1 ਵਾਲੇ ਰਸਤੇ 'ਤੇ ਲੀਹ 'ਤੇ ਪੈ ਗਿਆ। ਔਰ ਤੁਹਾਡੇ ਸਹਿਯੋਗ ਬਿਨਾਂ ਨਹੀਂ ਪੈ ਸਕਦਾ, ਤੁਸੀਂ ਇਕੱਲੇ ਭਗਵੰਤ ਮਾਨ ਤੋਂ ਉਮੀਦ ਕਰੀ ਜਾਓ, ਮੇਰੀ ਕੀ ਔਕਾਤ ਹੈ ਜੀ। ਮੈਂ ਫੈਸਲੇ ਲੈ ਸਕਦਾ ਪਰ ਨਾਲ ਤਾਂ ਇਕੱਲਾ ਤੁਸੀਂ ਕੀ, ਤੁਸੀਂ ਐਂ ਕਰੋ ਜੇ ਤੰਦੂਲਕਰ ਕੀਨੀਆ ਦੀ ਟੀਮ 'ਚ ਹੋਵੇ ਜਿਤਾਲੂਗਾ ਰੋਜ਼ ਉਹ, ਜਦੋਂ ਨਾਲ ਦੇ ਨਹੀਂ ਹੈਗੇ, ਇਕੱਲਾ ਤਾਂ ਨਹੀਂ ਕਰ ਸਕਦਾ ਨਾ ਕੋਈ, ਟੀਮ ਵਰਕ ਹੈ ਇਹ। ਕਦੇ ਕਦੇ ਕੋਹਲੀ ਵੀ ਜ਼ੀਰੋ 'ਤੇ ਆਊਟ ਹੋ ਜਾਂਦਾ, ਕਦੇ ਕਦੇ ਰੋਹਿਤ ਸ਼ਰਮਾ ਵੀ ਜ਼ੀਰੋ 'ਤੇ ਆਊਟ ਹੋ ਜਾਂਦਾ, ਪਰ ਨਾਲ ਦੀ ਟੀਮ ਚੱਲ ਜਾਂਦੀ ਹੈ, ਉਸ ਦਿਨ ਬੋਲਰ ਚੱਲ ਜਾਂਦੇ ਨੇ, ਫੀਲਡਿੰਗ ਵਧੀਆ ਹੋ ਜਾਂਦੀ ਹੈ, ਮੈਚ ਜਿੱਤ ਜਾਂਦੇ। ਸੋ ਇਹ ਤਾਂ ਟੀਮ ਵਰਕ ਹੈ, ਪਰ ਇੱਕ ਗੱਲ ਹੋਰ ਦੱਸ ਦਿੰਦਾ ਮੈਂ, 15 ਪਲੇਅਰ ਹੁੰਦੇ ਨੇ, ਚਾਹੇ ਹਾਕੀ ਦੀ ਟੀਮ ਹੈ, ਫੁੱਟਬਾਲ ਦੀ ਹੈ, ਕ੍ਰਿਕਟ ਦੀ ਹੈ, ਕੋਈ ਵਰਲਡ ਕੱਪ ਜਾਂ ਚੈਂਪੀਅਨਸ਼ਿਪ ਜਿੱਤਣ 'ਚ ਖੇਡਣ ਜਾਂਦੇ ਨੇ, ਖੇਡਦੇ 11 ਨੇ, ਬਾਕੀ 4 ਕੋਈ ਪਾਣੀ ਪਿਆਉਂਦਾ ਹੁੰਦਾ, ਕੋਈ ਬੈਟ ਲਈ ਫਿਰਦਾ ਹੁੰਦਾ, ਕੋਈ ਬੱਲੇ ਜੇ ਗਲਬਸ ਜੇ ਜਿਹੜੇ ਨੇ ਉਹ ਚੱਕੀ ਫਿਰਦੇ ਹੁੰਦੇ ਨੇ, ਪਰ ਕਈ ਵਾਰੀ 4 ਦੇ 4 ਉਹ ਸਾਰਾ ਟੂਰਨਾਮੈਂਟ ਖੇਡਦੇ ਨਹੀਂ, ਪਰ ਟੀਮ ਜਿਹੜੀ ਹੈ ਉਹ ਗੋਲਡ ਮੈਡਲ ਜਿੱਤ ਜਾਂਦੀ ਹੈ। ਤਾਂ ਇਹ ਗੱਲ ਯਾਦ ਰੱਖਿਓ ਕਿ ਜਦੋਂ ਗੋਲਡ ਮੈਡਲ ਮਿਲਦੇ ਨੇ ਉਦੋਂ 15 ਦੇ 15 ਨੂੰ ਮਿਲਦੇ ਨੇ, ਫਿਰ ਉਹ ਵੀ ਹਿੱਸਾ ਹੁੰਦੇ ਨੇ ਟੀਮ ਦੇ, ਕਿ ਉਹਨਾਂ ਉਹ ਵੀ ਨਾਲ ਸੀਗੇ ਟੀਮ ਦੇ ਸਟਾਫ ਦੇ, ਕਿਸੇ ਨੇ ਨੈੱਟ 'ਚ ਪ੍ਰੈਕਟਿਸ ਕਰਵਾਈ ਹੁੰਦੀ ਹੈ, ਕਿਸੇ ਨੇ ਕੋਈ ਹੋਰ ਕੰਮ ਕੀਤਾ, ਮਤਲਬ ਟੀਮ ਹੈ। ਸੋ ਆਪਾਂ ਨੂੰ ਇੱਕ ਪੰਜਾਬ ਦੀ ਨਾ ਤੁਹਾਡੇ ਵਰਗੇ ਮੁੰਡੇ ਕੁੜੀਆਂ ਨੌਜਵਾਨ ਮੁੰਡੇ ਕੁੜੀਆਂ ਇੱਕ ਟੀਮ ਬਣ ਜੇ, ਐਨਰਜੀ ਨਾਲ ਭਰੀ ਹੋਈ ਟੀਮ, ਕਿ ਵੀ ਹਾਂ ਜਰਾ ਅਸੀਂ ਜੋ ਸਾਡੇ ਬਾਰੇ ਪ੍ਰਚਾਰਿਆ ਜਾਂਦਾ ਅਸੀਂ ਉਹ ਨਹੀਂ ਹੈਗੇ, ਅਸੀਂ ਤਾਂ ਪੰਜਾਬ ਨੂੰ ਉੱਪਰ ਲੈ ਕੇ ਜਾਵਾਂਗੇ। ਉਹ ਐਸੀ ਗੁਰਾਂ ਦੀ ਧਰਤੀ ਹੈ ਆਪਣੇ ਕੋਲ, ਜੋ ਮਰਜ਼ੀ ਬੀਜ ਲਓ ਜੀ, ਜੋ ਮਰਜ਼ੀ ਬੀਜ ਲਓ ਉੱਗ ਜਾਂਦਾ ਹੈ। ਉਹਦੇ ਵੱਲ ਵੀ ਐਗਰੋ ਪ੍ਰੋਸੈਸਿੰਗ ਵੱਲ ਵੀ ਅਸੀਂ ਜਾ ਰਹੇ ਹਾਂ। ਵੇਰਕਾ ਬਹੁਤ ਵੱਡਾ, ਇੱਕ ਬਹੁਤ ਵੱਡਾ ਅਦਾਰਾ ਬਣ ਸਕਦਾ ਵੇਰਕਾ, ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ। ਸਾਡਾ ਵੇਰਕਾ ਦਾ ਪਨੀਰ, ਵੇਰਕਾ ਦੀ ਖੀਰ, ਵੇਰਕਾ ਦੀਆਂ ਪਿੰਨੀਆਂ, ਵੇਰਕਾ ਦੀ ਪੰਜੀਰੀ ਕਿਤੇ ਮਿਲਦੀ ਹੋਈ ਨਹੀਂ ਹੋਰ, ਉਹ ਦੂਜੀਆਂ ਪ੍ਰਾਈਵੇਟ ਕੰਪਨੀਆਂ ਵਾਲੇ ਆਪਣੇ ਤੋਂ ਦੁੱਧ ਲੈ ਕੇ ਆਪਾਂ ਨੂੰ ਵੇਚ ਜਾਂਦੇ ਨੇ, ਨਾਮ ਹੈ ਬਸ ਉਹਨਾਂ ਦਾ, ਉਹਨਾਂ ਦੀ ਐਡ ਆਉਂਦੀ ਹੈ। ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸਿੰਗ ਦੀਆਂ ਪਲਾਂਟਸ ਲਾਵਾਂਗੇ। ਇੱਦਾਂ ਹੁਣ ਟਰਾਲੀਆਂ ਦੀਆਂ ਟਰਾਲੀਆਂ ਮੰਡੀਆਂ ਦੇ ਵਿੱਚ ਫਸਲਾਂ ਦੀਆਂ ਲਾ ਕੇ ਇੱਦਾਂ ਨਹੀਂ ਗੱਲ ਬਣਨੀ, ਹੁਣ ਤਾਂ ਉਸ ਟਰਾਲੀ ਦੇ ਵਿੱਚੋਂ ਕੁਛ ਨਾ ਕੁਛ ਬਣ ਕੇ ਨਿਕਲੇ, ਪੈਕਿੰਗ ਹੋ ਕੇ ਨਿਕਲੇ, ਵੈਲਿਊ ਐਡਡ ਜਿਹੜੀਆਂ ਅਸੀਂ ਜਿਹੜੀਆਂ ਪ੍ਰੋਡਕਟਸ ਜਿਹੜੇ ਨੇ ਉਹ ਬਣਾਈਏ। ਉਹੀ ਆਲੂ ਜਦੋਂ ਆਪਾਂ ਆਲੂ ਬੀਜਦੇ ਹਾਂ ਤਾਂ ਆਲੂਆਂ ਦੀ ਰਾਖੀ ਇਸ ਕਰਕੇ ਨਹੀਂ ਕਰਦੇ ਆਪਾਂ ਮੰਡੀ 'ਚ ਕਿ ਕੋਈ ਚੱਕ ਕੇ ਨਾ ਲੈ ਜੇ, ਇਸ ਕਰਕੇ ਕਰਨੀ ਪੈਂਦੀ ਹੈ ਕੋਈ ਹੋਰ ਨਾ ਟਰਾਲੀ ਲੈ ਜੇ ਸਾਡੇ ਵਾਲੇ 'ਤੇ, ਇੰਨੇ ਜ਼ਿਆਦਾ ਹੋ ਜਾਂਦੇ ਨੇ। ਅਤੇ ਉਹੀ ਆਲੂ ਜਦੋਂ ਮਕਡਾਊਨ ਵਾਲਿਆਂ ਕੋਲ ਚਲਾ ਜਾਂਦਾ ਉਹੀ ਆਲੂ 10 ਰੁਪਏ ਦਾ ਹੋ ਜਾਂਦਾ, ਕਿਉਂਕਿ ਵੈਲਿਊ ਐਡ ਕਰ ਦਿੰਦੇ ਨੇ ਉਹ। ਉਹੀ ਆਲੂ ਚਿਪਸ ਦੇ ਵਿੱਚ ਉਹ 10 ਰੁਪਏ ਦਾ ਹੋ ਜਾਂਦਾ ਆਲੂ, ਕਿਉਂਕਿ ਵੈਲਿਊ ਐਡਡ ਪ੍ਰੋਡਕਟ ਬਣ ਗਿਆ ਉਹ। ਤਾਂ ਸਰਕਾਰ ਕਿਉਂ ਨਹੀਂ ਬਣਾ ਸਕਦੀ, ਬਣਾ ਸਕਦੀ, ਬਣਾਵਾਂਗੇ। ਸਾਡੇ ਕੋਲ ਬਿਜਲੀ ਹੈ, ਸਾਡੇ ਕੋਲ ਜਗ੍ਹਾ ਹੈਗੀ ਹੈ, ਸਾਡੇ ਕੋਲ ਇੰਡਸਟਰੀ ਹੈ, ਮਿਹਨਤੀ ਕੌਮ ਹੈ,
सब तो वड्डी गल है लोग बेनती ने पंजाबी पूरी दुनिया च कामयाब ने पंजाब च क्यों नहीं क्योंकि इतने सिस्टम नहीं काम कर दिंदा उत्थे सिस्टम एप्रीशिएट करता है कि तू एक जुंट लाया दो ला तैन होर तैन पत्ते देवे रुजगार दे होर इतने चार मुंडे चलो हूँ तो यह काम बंद हो गया ये तू पहला निकल दसदा मैं चार मुंडे रल के ढाबा खोल लो गया जी टी रोड से थोड़ा जहा दस गड्डिया दो ट्रक खड़न लग गए वो आ जाते सरकार वाले हिस्सा पा भी साढ़ा लै ढाबा असी खोलिया मेहनत असी की हिस्सा उन्हों का वो हिस्सेदारियाँ आ जड़िया गरीबों के कफड़ा चो भी पैसे खाने ये सारा कुछ बंद होगा हो गया बहुत लगभग तो आपब न हमने उस मुकाम पर लैके जाना है कि दुनिया के लोग पंजाब की एग्जाम्पल दया कर उदाहरण दया कर कि एक सूबा हैगा जिहड़ा मतलब जिदे बारे ऐ प्रचारया जा रहा है शायद यह सूबा जिहड़ा है बोली भी खत्म हो जाऊ कल्चर भी खत्म हो जाऊ पर उन्होंने बोली कल्चर अपना मेहनत नाल अपना सूबा जिहड़ा वो नंबर वन बना लिया यही सुपना लैके अच्छ सारे इतों जायो तो सारे मैं बहुत बहुत बधाई एक बार फिर दिना कि तुसी साढ़े परिवार के शामिल हो तो परिवार का लानेदार होने के नाते मेरा भी फर्ज बनता है कि जो कोई दिक्कत होनगियां कोई समस्यावान होनगियां तुसी मेरे तक पहुँचाओ तो असी उन्होंने दूर करके तुहानू काम करन वाला जिउण वाला बच्चों की तरक्की वाला तो होर इमानदारी नाल वड्डे अहुदियां ते पहुँचण वाला माहौल देवांगे बहुत बहुत धन्यवाद बहुत धन्यवाद इन्ने प्यार नाल सुनिया सबर नाल सुनिया बहुत बहुत मेहरबानी शुक्रिया सत श्री अकाल वाहिगुरू जी का खालसा वाहिगुरू जी की फतह।